बीते दिन जलंधर पुलिस के हत्या जड़े तीन कश्मीरी छात्रों में से एक छात्र मोहम्मद इदरीस शाह जलंधर से सेंट सोल्जर कॉलेज में पढ़ता था और वह बीएससी के पांचवें सेमेस्टर में था। कुछ दिन पहले ही वह जलंधर के न्यू हरबंस नगर की कोठी नंबर 92 में रुका था। घर के मालिक के मुताबिक उनके पीजी में पांच कश्मीरी छात्र रहते थे और दो दिन पहले इंद्रीश रात को यहां रुका था। उसके बाद वह जलंधर के सिटी कॉलेज में चला गया जहां से पुलिस ने उनको गिरफ्तार किया। ब्यूरो फिर अचानक न्यूज जलंधर। ਉਹ ਸਾਡੀ ਐਬਸੈਂਸ ਦੇ ਵਿੱਚ ਪਤਾ ਕਰਨ ਆਇਆ ਉਹਨਾਂ ਦਾ ਕਮਰਾ ਹੈ ਕਿ ਰੂਮ ਹੈ ਖਾਲੀ ਕਿ ਨਹੀਂ ਹੈਗਾ, ਲੇਕਿਨ ਉਸ ਟਾਈਮ ਅਸੀਂ ਨਹੀਂ ਸੀਗੇ। ਤੇ ਕੀ ਸੀਗਾ ਉਹ, ਕਦੋਂ ਆਇਆ ਤੇ ਕਦੋਂ ਚਲਾ ਗਿਆ, ਇਹਦੇ ਬਾਰੇ ਵੀ ਕੁਝ ਨਹੀਂ ਪਤਾ। ਜੀ ਇਸੇ ਕਈ ਵਾਰ ਪਤਾ ਕਿ ਮੇਰਾ ਆਪਰੇਸ਼ਨ ਹੋਇਆ ਸੀ, ਮੈਂ ਹੋਸਪਿਟਲ ਦੇ ਵਿੱਚ ਚੈੱਕ ਕਰਵਾਉਣ ਲਈ ਜਾਂਦੀ ਲੁਧਿਆਣੇ, ਪਿੱਛੋਂ ਕੋਈ ਆਇਆ ਹੋਏਗਾ ਅਤੇ ਸਾਨੂੰ ਨਹੀਂ ਪਤਾ ਇਹਦੇ ਬਾਰੇ ਦੇ ਵਿੱਚ। ਨਹੀਂ 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 ਨਹੀਂ, ਕੱਲ੍ਹ ਤਾਂ ਪੁਲਿਸ ਜਿਹੜੇ ਮੁੰਡੇ ਨੂੰ ਸਵੇਰੇ ਸਵੇਰੇ ਲੈ ਕੇ ਗਈ, ਉਹਨਾਂ 'ਚ ਉਸ ਮੁੰਡਾ ਨਹੀਂ ਸੀ। ਪੰਜ ਮੁੰਡੇ ਸੀ, ਜਿਹੜਾ ਛੇਵਾਂ ਮੁੰਡਾ ਉਹਨੂੰ ਟਾਈਫਾਇਡ ਹੋਇਆ ਹੈ, ਉਹ ਆਪਣੇ ਘਰ ਗਿਆ ਹੈ। ਸਾਨੂੰ ਇਹਦਾ ਨਹੀਂ ਪਤਾ, ਨਹੀਂ ਪਤਾ ਜੀ ਇਹਦੇ ਬਾਰੇ ਕੁਛ ਨਹੀਂ, ਨਾ ਅਸੀਂ ਮੁੰਡਾ ਉਹ ਦੇਖਿਆ। ਬਿਲਕੁਲ ਹੁੰਦਾ ਜੀ, ਤਾਂ ਬੱਚੇ ਪੜ੍ਹਨ ਆਏ ਹੈ ਉਹਨਾਂ ਲਈ ਕਿੰਨੀ ਮੁਸ਼ਕਲ ਹੈ। ਦੇਖੋ ਸਾਡੇ ਵੀ ਬੱਚੇ ਕਿਤੇ ਬਾਹਰ ਜਾਣਗੇ ਕਿ ਜੇ ਉਹਨੂੰ ਜਗ੍ਹਾ ਨਹੀਂ ਮਿਲੂਗੀ ਤਾਂ ਕਿੰਨੀ ਪ੍ਰੋਬਲਮ ਦਾ ਸਾਹਮਣਾ ਕਰਨਾ ਪਵੇਗਾ ਕਿ ਨਹੀਂ। ਇਸ ਕਰਕੇ ਠੀਕ ਹੈ ਕਿ ਸਾਨੂੰ ਹੁਣ ਧਿਆਨ ਰੱਖਣਾ ਪਏਗਾ, ਜਾਂ ਤਾਂ ਅਸੀਂ ਉਹਨਾਂ ਬੱਚਿਆਂ ਨੂੰ ਨਹੀਂ ਰੱਖਾਂਗੇ। ਜੇ ਰੱਖਾਂਗੇ ਤਾਂ ਪੁਲਿਸ ਨੂੰ ਪੂਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਰੱਖਿਆ ਜੀ।